ਸਰਵਨ ਸਿੰਘ ਪੰਦੇ, ਜਗਜੀਤ ਸਿੰਘ ਡੱਲੇਵਾਲ, ਮਨਜੀਤ ਸਿੰਘ ਰਾਏ, ਇਹ ਆਗੂ ਸੁਰਜੀਤ ਸਿੰਘ ਫੂਲ, ਇੱਕ ਆਗੂ ਖੁਦ ਅੱਗੇ ਜਾ ਕੇ ਬਾਰਡਰ ਪਾਰ ਕਰਨ ਦੀ ਕੋਸ਼ਿਸ਼ ਕਰਨਗੇ। ਨੌਜਵਾਨਾਂ ਨੂੰ ਪਿੱਛੇ ਰਹਿਣ ਦੇ ਲਈ ਕਹਿ ਦਿੱਤਾ ਗਿਆ, ਪਰ ਨਾਲ ਦੀ ਨਾਲ ਚੇਤਾਵਨੀਆਂ ਦਿੱਤੀਆਂ ਗਈਆਂ ਨੇ, ਸਾਵਧਾਨੀਆਂ ਵਰਤਣ ਦੇ ਲਈ ਕਿਹਾ ਗਿਆ। ਅਥਰੂ ਗੈਸ ਦਾ ਜੇਕਰ ਗੋਲਾ ਆਉਂਦਾ ਤਾਂ ਉਸਦੇ ਨਾਲ ਕਿਵੇਂ ਨਜਿੱਠਣਾ, ਇਹ ਕਿਸਾਨ ਆਗੂਆਂ ਨੇ ਪਹਿਲਾਂ ਆਪਣੇ ਨੌਜਵਾਨਾਂ ਨੂੰ, ਆਪਣੇ ਕਿਸਾਨਾਂ ਨੂੰ ਸਮਝਾ ਦਿੱਤਾ ਹੈ। ਤੇ ਨਾਲ ਹੀ ਅੱਜ ਇਹ ਵੀ ਕਿਹਾ ਗਿਆ ਹੈ ਕਿ ਦੂਜੀ ਧਿਰ ਦੇ ਵੱਲੋਂ, ਪ੍ਰਸ਼ਾਸਨ ਦੇ ਵੱਲੋਂ, ਹਰਿਆਣਾ ਪੁਲਿਸ ਦੇ ਵੱਲੋਂ, ਫੋਰਸ ਦੇ ਵੱਲੋਂ ਕੰਨਾਂ ਦੇ ਵਿੱਚ ਅੱਜ ਇੱਕ ਬਹੁਤ ਤੇਜ਼ ਆਵਾਜ਼ ਮਾਰੀ ਜਾ ਸਕਦੀ ਹੈ। ਉਸ ਤੋਂ ਪਹਿਲਾਂ ਕਿਸਾਨਾਂ ਨੂੰ, ਨੌਜਵਾਨਾਂ ਨੂੰ ਉਸ ਚੀਜ਼ ਦੇ ਲਈ ਤਿਆਰ ਕਰ ਦਿੱਤਾ ਗਿਆ ਹੈ ਕਿ ਕੰਨਾਂ ਦੇ ਵਿੱਚ ਜਾਂ ਤਾਂ ਰੂੰ ਪਾ ਲਿਓ, ਜਾਂ ਫਿਰ ਆਹ ਜਿਵੇਂ ਬਾਬਾ ਜੀ ਨੇ ਆਹ ਇੱਕ ਟੂਟੀਆਂ ਪਾਈਆਂ ਹੈ ਕੰਨਾਂ ਦੇ ਵਿੱਚ, ਸੰਤਰੀ ਰੰਗ ਦੀਆਂ ਇਹ ਟੂਟੀਆਂ ਪਾਈਆਂ ਇਹਨਾਂ ਨੇ ਕੰਨਾਂ ਦੇ ਵਿੱਚ, ਖਾਸ ਤੌਰ 'ਤੇ ਪਾਈਆਂ ਕਿ ਕੰਨਾਂ ਦੇ ਵਿੱਚ ਉਹ ਜਿਹੜਾ ਯੰਤਰ ਹੋਊਗਾ ਜਿਸ ਦੀ ਆਵਾਜ਼ ਬਹੁਤ ਜ਼ਿਆਦਾ ਤੇਜ਼ ਹੋਊਗੀ। ਇਹ ਵੀ ਮੰਨਿਆ ਜਾ ਰਿਹਾ ਕਿ ਉਸ ਯੰਤਰ ਦੇ ਨਾਲ ਆਵਾਜ਼ ਇੰਨੀ ਤੇਜ਼ ਆਉਂਦੀ ਹੈ ਕਿ ਕੰਨਾਂ ਦੇ ਪਰਦੇ ਤੱਕ ਪਾੜ ਦਿੱਤੇ ਜਾਂਦੇ ਨੇ ਅਤੇ ਕੰਨਾਂ ਦੇ ਵਿੱਚ ਜ਼ਖਮ ਹੋ ਜਾਂਦੇ ਨੇ। ਇਸ ਕਰਕੇ ਜਿੰਨੇ ਵੀ ਨੌਜਵਾਨ, ਜਿੰਨੇ ਵੀ ਕਿਸਾਨ ਇੱਥੇ ਨੇ, ਉਹਨਾਂ ਸਭ ਨੂੰ ਕਿਹਾ ਗਿਆ ਕਿ ਕੰਨਾਂ ਦੇ ਵਿੱਚ ਰੂੰ ਪਾ ਕੇ ਰੱਖਿਓ ਅਤੇ ਨਾਲ ਦੀ ਨਾਲ ਇਹ ਟੂਟੀਆਂ ਜਿਹੜੀਆਂ ਨੇ ਉਹ ਵੰਡੀਆਂ ਗਈਆਂ। ਬਾਬਾ ਜੀ ਸਾਡੇ ਨਾਲ ਨੇ, ਬਾਬਾ ਜੀ ਨਾਲ ਗੱਲਬਾਤ ਕਰਦੇ ਹਾਂ। ਬਾਬਾ ਜੀ, ਇਹ ਕੰਨਾਂ 'ਚ ਟੂਟੀਆਂ ਕਿਹਨੇ ਦਿੱਤੀਆਂ? ਇਹ ਸਾਡੇ ਜੂਨੀਅਰ ਵਾਲਿਆਂ ਨੇ ਦਿੱਤੀਆਂ ਜੀ। ਕਹਿ ਕੇ ਦਿੱਤੀ, ਉਹਨਾਂ ਨੇ ਕੀ ਕਿਹਾ ਤੁਹਾਨੂੰ? ਉੱਥੇ ਕੰਨ ਨਹੀਂ ਪਾੜਦੇ ਇਹਦੇ ਨਾਲ। ਲੱਗਦਾ ਵੀ ਅਜਿਹਾ ਕੁਝ ਵਰਤਿਆ ਜਾਊਗਾ? ਵਰਤਿਆ ਜਾਊਗਾ ਜੀ, ਹੋ ਸਕਦਾ। ਅਸੀਂ ਤਿਆਰ ਹਾਂ, ਜੋ ਮਰਜ਼ੀ ਕਰ ਲੈਣ ਕੁਛ ਮੂਹਰਿਓ। ਕੈਮਰੇ 'ਚ ਤਸਵੀਰ ਦਿਖਾਇਓ ਆਪਣੀ, ਤਾਂ ਦੇਖੋ ਬਾਬਾ ਜੀ ਨੇ ਕੰਨਾਂ ਦੇ ਵਿੱਚ ਸੰਤਰੀ ਰੰਗ ਦੀ ਜਿਹੜੀ ਇਹ ਤਾਰ ਲਮਕ ਰਹੀ ਉਹਨਾਂ ਦੇ ਦਾੜੇ 'ਤੇ, ਇਹ ਟੂਟੀਆਂ ਪਾਈਆਂ ਨੇ ਅਤੇ ਨਾਲ ਰੂੰ ਵੀ ਪਾਈ ਹੋਈ ਹੈ ਕੰਨਾਂ ਦੇ ਵਿੱਚ, ਤਾਂ ਜੋ ਕੰਨ ਜਿਹੜੇ ਨੇ ਉਹ ਬਚ ਸਕਣ। ਸਾਡੇ ਨਾਲ ਇੱਕ ਹੋਰ ਭਾਈ ਸਾਹਿਬ ਨੇ, ਕੰਨਾਂ ਦੇ ਵਿੱਚ ਰੂੰ ਦਿੱਤੀ ਗਈ ਹੈ, ਖਾਸ ਤੌਰ 'ਤੇ ਇੱਥੇ ਵੰਡੀ ਗਈ ਹੈ ਸਾਰਿਆਂ ਨੂੰ। ਇਹ ਕੋਈ ਮਸ਼ੀਨ ਲਾਈ ਹੈ ਇਹਨਾਂ ਨੇ, ਉਹ ਸਾਡੇ ਆਗੂ ਕਹਿੰਦੇ ਵੀ ਉਹ ਕੰਨਾਂ ਦੇ ਪਰਦਿਆਂ 'ਤੇ ਨੁਕਸਾਨ ਕਰੂਗੀ, ਪਾੜੂ ਪਰਦੇ, ਇੱਕ ਬੰਦੇ ਨੂੰ ਬੋਰਾ ਜਿਹਾ ਕਰੂਗੀ, ਉਹਦੇ ਵਿੱਚ ਕੋਈ ਬੈਵਰੇਜ ਨਹੀਂ ਇਹੋ ਜਿਹੀ ਛੱਡਣੀ ਹੈ ਇਹਨਾਂ ਨੇ। ਅਤੇ ਉਹ ਇਹਨਾਂ ਆਗੂਆਂ ਨੇ ਸਾਨੂੰ ਕਿਹਾ ਵੀ ਕੰਨਾਂ 'ਚ ਰੂੰ 'ਤੇ ਇੱਕ ਆਹ ਹੋਰ ਦਿੱਤੇ ਆ ਅਤੇ ਉਹ ਲਾ ਕੇ ਰੱਖੋ, ਅਤੇ ਉਹ ਤਾਂ ਆਪਦੀ ਅਸੀਂ ਹਿਫਾਜ਼ਤ ਦੀ ਖਾਤਰ ਰੂੰ ਕਿਸੇ ਨੇ ਲਾ ਲਈ, ਕਿਸੇ ਨੇ ਇਹ ਲਾ ਲਿਆ, ਚਲੋ ਉਹ ਤੋਂ ਬਚਣ ਲਈ ਅਸੀਂ ਆਪਦੀ ਸੇਫਟੀ ਲਈ ਲਾਏ ਆ। ਕੰਨਾਂ ਦੇ ਵਿੱਚ ਵੀ ਲਾਏ ਨੇ, ਇਸ ਤੋਂ ਇਲਾਵਾ ਤੁਸੀਂ ਮੇਰੇ ਮੂੰਹ 'ਤੇ ਵੀ ਦੇਖ ਸਕਦੇ ਹੋ ਕਿ ਕੋਲਗੇਟ ਲਗਾਇਆ ਗਿਆ। ਇੱਥੇ ਜਿੰਨੇ ਵੀ ਤੁਹਾਨੂੰ ਲੋਕ ਦੇਖਣਗੇ ਉਹਨਾਂ ਦੇ ਮੂੰਹਾਂ 'ਤੇ ਕੁਛ ਨਾ ਕੁਛ ਲੱਗਿਆ ਹੋਊਗਾ, ਜਾਂ ਤਾਂ ਸਭ ਨੇ ਆਈ ਮਾਸਕ, ਜਿਵੇਂ ਇਹਨਾਂ ਨੂੰ ਵੇਖੋ ਭਾਈ ਸਾਹਿਬ ਨੇ ਆਈ ਮਾਸਕ ਜਿਹੜਾ ਉਹ ਪਾਇਆ ਹੋਇਆ, ਇੱਧਰ ਭਾਈ ਸਾਹਿਬ ਨੇ ਵੀ ਆਈ ਮਾਸਕ ਪਾਇਆ ਹੋਇਆ ਤਾਂ ਜੋ ਚੂਹੇ ਤੋਂ ਬਚਿਆ ਜਾ ਸਕੇ, ਜਿਹੜੀ ਜ਼ਹਿਰੀਲੀ ਗੈਸ ਉਧਰੋਂ ਛੱਡੀ ਜਾਣੀ ਹੈ ਉਸ ਤੋਂ ਬਚਿਆ ਜਾ ਸਕੇ। ਇਸ ਕਰਕੇ ਇਹ ਸਾਰੀਆਂ ਤਿਆਰੀਆਂ ਜਿਹੜੀਆਂ ਨੇ ਉਹ ਕਰ ਲਈਆਂ ਗਈਆਂ ਨੇ। ਇਸ ਤੋਂ ਇਲਾਵਾ ਕੰਨਾਂ ਦੇ ਬਚਾਅ ਦੇ ਲਈ ਵੀ ਕੀਤਾ ਗਿਆ, ਮਾਸਕ ਵੀ ਵੰਡੇ ਗਏ ਨੇ, ਮਾਸਕ ਤਾਂ ਜੋ ਨੱਕ ਦੇ ਰਾਹੀਂ ਗਲੇ ਤੱਕ, ਫੇਫੜਿਆਂ ਤੱਕ ਉਹ ਜ਼ਹਿਰੀਲੀ ਗੈਸ ਨਾ ਪਹੁੰਚੇ। ਤਕਰੀਬਨ ਹਰ ਤਰੀਕੇ ਦੀਆਂ ਤਿਆਰੀਆਂ ਇੱਥੇ ਸਭ ਨੇ ਕੀਤੀਆਂ ਨੇ, ਜਾਂ ਫਿਰ ਜਿਨ੍ਹਾਂ ਦੇ ਕੋਲ ਮਾਸਕ ਨਹੀਂ ਪਹੁੰਚੇ ਨੇ ਉਹਨਾਂ ਨੇ ਮਫਲਰ ਦੇ ਨਾਲ ਜਾਂ ਵੱਡੇ ਵੱਡੇ ਰੁਮਾਲਾਂ ਦੇ ਨਾਲ ਆਪਣਾ ਮੂੰਹ ਢੱਕ ਲਿਆ। ਅਤੇ ਇਸ ਤੋਂ ਇਲਾਵਾ ਬੋਰੀਆਂ ਤਿਆਰ ਰੱਖੀਆਂ ਗਈਆਂ ਨੇ, ਗਿੱਲੀਆਂ ਬੋਰੀਆਂ, ਕਿ ਜੇਕਰ ਕੋਈ ਅਥਰੂ ਗੈਸ ਦਾ ਗੋਲਾ ਆਉਂਦਾ ਤਾਂ ਫਿਰ ਉਹ ਬੋਰੀ ਸੁੱਟ ਕੇ ਉਸ ਅਥਰੂ ਗੈਸ ਦੇ ਗੋਲੇ ਦਾ ਅਸਰ ਜਿਹੜਾ ਉਹ ਖਤਮ ਕੀਤਾ ਜਾਏਗਾ। ਬਾਬਾ ਜੀ, ਤਿਆਰੀਆਂ ਨੇ? ਬਿਲਕੁਲ ਤਿਆਰੀਆਂ ਭੈਣ ਜੀ। ਕੀ ਤਿਆਰੀਆਂ ਕੀਤੀਆਂ ਨੇ ਉੱਧਰ ਜਾਣ ਦੀਆਂ? ਉੱਧਰ ਲਈ ਅਸੀਂ ਸਭ ਤੋਂ ਵੱਡਾ ਜੋ ਵੀ ਸਾਡਾ ਪ੍ਰਬੰਧ ਕੀਤਾ ਸੀ ਉਹ ਕਰ ਲਿਆ ਵਾ, ਅਸੀਂ ਮੋਰਚਾ ਤੋੜਾਂਗੇ, ਅੱਗੇ ਵਧਾਂਗੇ, ਦਿੱਲੀ ਕੂਚ ਕਰਾਂਗੇ। ਇੱਥੇ ਬਾਕੀ ਸਭ ਨੇ ਮਾਸਕ ਲਾਏ ਨੇ, ਅੱਖਾਂ ਦੇ ਉੱਤੇ ਕਵਰ ਪਾਇਆ, ਤੁਸੀਂ ਨਹੀਂ ਪਾਇਆ? ਸਾਡੇ ਕੋਲ ਸਭ ਕੁਝ ਤਿਆਰ ਆ, ਜਦੋਂ ਵੀ ਉੱਧਰ ਲੜਾਂਗੇ ਸਾਡੇ ਕੋਲ ਆਪਣਾ ਹੀ ਸਿਸਟਮ ਲੈ ਕੇ ਆਏ ਹਾਂ। ਪਰ ਹਾਂਜੀ ਹਾਂਜੀ, ਕਿਉਂਕਿ ਸਭ ਨੇ ਲੁਕੋ ਕੇ ਰੱਖੇ ਹੋਏ ਨੇ ਵੀ ਜਦੋਂ ਹੀ ਹਮਲਾ ਹੋਇਆ ਤਾਂ ਵਰਤ ਲੈਣਾ। ਵਰਤਾਂਗੇ।
ਬਾਬਾ ਜੀ ਤੁਸੀਂ ਤੁਹਾਡਾ ਮਾਸਕ ਮੂੰਹ ਤੇ ਕੀ ਲਾਉਂਗੇ? ਆ ਵੇਖੋ ਜੀ, ਲੈ ਲਓਗੇ ਸਭ ਕੁਛ, ਮੂੰਹ ਦੇ ਰੁਮਾਲ ਜਾਂ ਕੱਪੜੇ ਸਭ ਕੁਛ ਰੱਖਿਆ, ਕੰਨਾਂ ਦੇ ਪਾਉਣ ਵਾਲੇ ਰੱਖੇ ਆ। ਹਾਂਜੀ, ਵੰਡੇ ਗਏ ਨੇ ਤੇ ਕਿਸਾਨਾਂ ਨੂੰ ਕਿਹਾ ਗਿਆ ਕਿ ਜਿਵੇਂ ਹੀ ਤੁਹਾਨੂੰ ਲੱਗਿਆ ਵੀ ਕੋਈ ਜਲੰਧਰ ਚੱਲਿਆ, ਬਹੁਤ ਤੇਜ਼ ਆਵਾਜ਼ ਕੋਈ ਆ ਰਹੀ ਹੈ, ਤਾਂ ਉਹ ਨਾਲ ਦੀ ਨਾਲ ਪਾ ਲੈਣੇ ਆ। ਤਾਂ ਵੇਖੋ ਇਹ ਬਾਬਾ ਜੀ ਉਹਨੇ ਸਾਰੇ ਆਪਣੀਆਂ ਜੇਬਾਂ ਦੇ ਵਿੱਚ ਪਾ ਕੇ ਪੂਰਾ ਸਮਾਨ ਪੈਕ ਕਰਕੇ ਰੱਖ ਕੇ ਬੈਠੇ ਨੇ ਕਿ ਅਸੀਂ ਜਿਵੇਂ ਹੀ ਕੁਛ ਨਾ ਕੁਛ ਹੋਏਗਾ ਉਵੇਂ ਨਾਲ ਦੀ ਨਾਲ ਝੱਟ ਉਹ ਜਾਂ ਤਾਂ ਆਈ ਮਾਸਕ ਕੱਢ ਲੈਣਾ, ਕਵਰ ਆਪਣੇ ਆਪ ਨੂੰ ਕਰ ਲੈਣਾ ਅਤੇ ਕੰਨਾਂ ਦੇ ਵਿੱਚ ਰੂੰ ਪਾ ਲੈਣੀ ਹੈ ਅਤੇ ਕੰਨਾਂ ਦੇ ਵਿੱਚ ਜਿਹੜੇ ਜਾਂ ਇਹ ਟੂਟੀਆਂ ਜਿਹੀਆਂ ਦਿੱਤੀਆਂ ਗਈਆਂ ਨੇ ਇਹ ਪਾ ਲੈਣੀਆਂ, ਪਰ ਆਪਣਾ ਬਚਾਅ ਕਰਨ ਦੇ ਲਈ ਵੀ ਤਿਆਰ ਨੇ, ਨਾਲ ਦੀ ਨਾਲ ਬਾਰਡਰ ਵੱਲ ਵਧਣ ਦੇ ਲਈ ਵੀ ਤਿਆਰ ਨੇ ਕਿ ਅਸੀਂ ਬਾਰਡਰ ਵੱਲ ਜਾ ਕੇ ਰਵਾਂਗੇ। ਪਰ ਇਸੇ ਦੇ ਵਿਚਾਲੇ ਦੱਸ ਦਈਏ ਕਿ ਸਰਕਾਰ ਨੂੰ ਸਮਾਂ ਜ਼ਰੂਰ ਦਿੱਤਾ ਗਿਆ ਕਿਸਾਨ ਆਗੂਆਂ ਦੇ ਵੱਲੋਂ ਕਿ 11 ਵਜੇ ਤੱਕ ਵੀ ਜੇਕਰ ਤੁਸੀਂ ਗੱਲਬਾਤ ਦੇ ਲਈ ਸੱਦਾ ਭੇਜਦੇ ਹੋ ਤਾਂ ਅਸੀਂ ਗੱਲਬਾਤ ਕਰਾਂਗੇ। ਪਰ ਕਿਸਾਨ ਆਗੂ ਖੁਦ ਅੱਜ ਜਾਣਗੇ ਬਾਰਡਰ ਵੱਲ ਅਤੇ ਖੁਦ ਲੜਾਈ ਲੜਨ ਦੇ ਲਈ ਅੱਗੇ ਹੋ ਕੇ ਉਹ ਤਿਆਰ ਹੋ ਕੇ ਬੈਠੇ ਨੇ। ਚੌਪਾਈ ਸਾਹਿਬ ਦਾ ਪਾਠ ਕੀਤਾ ਗਿਆ ਅਤੇ ਉਸ ਤੋਂ ਬਾਅਦ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾਈਆਂ ਨੇ ਕਿ ਆਮ ਨੌਜਵਾਨਾਂ ਅਤੇ ਕਿਸਾਨਾਂ ਨੇ ਕੀ ਤਿਆਰੀਆਂ ਕੀਤੀਆਂ ਨੇ ਸ਼ੰਭੂ ਬਾਰਡਰ ਦੇ ਉੱਤੇ ਅੱਜ 21 ਫਰਵਰੀ ਨੂੰ ਦਿੱਲੀ ਕੂਚ ਦੇ ਲਈ। ਵੀਡੀਓ ਜਰਨਲਿਸਟ ਹਰਵਿੰਦਰ ਸਿੰਘ ਦੇ ਨਾਲ ਮੈਂ ਨਵਜੋਤ ਕੌਰ, ਸ਼ੰਭੂ ਬਾਰਡਰ।